ਇਹ ਆਪਾਂ ਹੁਣ ਪਹੁੰਚੇ ਹਾਂ ਜੀ ਗੁਰਦੁਆਰਾ ਜੰਡ ਸਾਹਿਬ ਵਿਖੇ ਜੀ। ਇਹ ਗੁਰਦੁਆਰਾ ਸਾਹਿਬ ਨਾ ਜੀ ਚਮਕੌਰ ਸਾਹਿਬ ਤੋਂ ਤਕਰੀਬਨ 2 ਕੋਹ ਦੀ ਦੂਰੀ ਉੱਤੇ ਸਥਿਤ ਆ ਜੀ। ਇਹ ਸਾਹਮਣੇ ਦੇਗ ਘਰ ਆ, ਨਾਲ ਹੀ ਜੋੜਾ ਘਰ ਬਣਿਆ ਹੋਇਆ ਜੀ ਅਤੇ ਦਫ਼ਤਰ ਬਣਿਆ ਹੋਇਆ ਆ। ਜਦੋਂ ਪਾਤਸ਼ਾਹ ਉਰੇ ਆਏ ਨੇ ਨਾ ਅਤੇ ਉਰੇ ਇੱਕ ਜੰਡ ਦਾ ਦਰਖਤ ਸੀਗਾ ਅਤੇ ਪਾਤਸ਼ਾਹ ਉਹਦੇ ਢਾਸਣਾ ਲਾ ਕੇ ਪਾਤਸ਼ਾਹ ਇੱਥੇ ਥੋੜ੍ਹੀ ਦੇਰ ਆਰਾਮ ਕਰਨ ਲਈ ਬੈਠ ਗਏ। ਉਰੇ ਨਾ ਅਲਫੂ ਅਤੇ ਗਾਮੂ ਨਾਂ ਦੇ 2 ਵਿਅਕਤੀ ਸਨ, ਮੁਖਬਰ ਸੀਗੇ ਉਹ ਮੁਗਲਾਂ ਦੇ, ਉਹ ਰੌਲਾ ਪਾਉਣ ਲੱਗ ਗਏ। ਪਾਤਸ਼ਾਹ ਨੇ ਉਹਨਾਂ ਦਾ ਸੌਦਾ ਲਾਇਆ। ਸੌਦਾ ਲਾਉਣ ਤੋਂ ਬਾਅਦ ਪਾਤਸ਼ਾਹ ਇਸ ਸਥਾਨ ਤੋਂ ਚਾਲੇ ਪਾਏ ਪਾਤਸ਼ਾਹ ਨੇ ਅਤੇ ਗੁਰਦੁਆਰਾ ਝਾੜ ਸਾਹਿਬ ਵੱਲ ਨੂੰ ਪਾਤਸ਼ਾਹ ਚਲੇ ਗਏ ਸਨ ਜੀ। ਇਹ ਗੁਰਦੁਆਰਾ ਸਾਹਿਬ ਆ ਜੀ, ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ, ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਜੀ। ਬਹੁਤ ਦਰਖਤ ਲੱਗੇ ਹੋਏ ਨੇ ਜੀ, ਬਹੁਤ ਸੋਹਣਾ ਸਥਾਨ ਆ ਜੀ ਇਹ। ਆ ਜਾਓ ਆਪਾਂ ਇਸ ਸਥਾਨ ਦੇ ਜੀ ਅੰਦਰੋਂ ਦਰਸ਼ਨ ਕਰਦੇ ਹਾਂ ਅਤੇ ਤੁਹਾਨੂੰ ਉਸ ਜੰਡ ਦੇ ਦਰਖਤ ਦੇ ਦਰਸ਼ਨ ਵੀ ਕਰਾਉਂਦੇ ਹਾਂ ਜੀ, ਜਿਹਦੇ ਹੇਠ ਪਾਤਸ਼ਾਹ ਕੁਛ ਸਮਾਂ ਬੈਠੇ ਸਨ ਜੀ। ਇਸ ਸਥਾਨ ਦੇ ਬੈਕ ਸਾਈਡ 'ਤੇ ਆ ਪਿਛਲੇ ਪਾਸੇ ਜੀ, ਆਪਾਂ ਉਸ ਸਥਾਨ ਦੇ ਉਸ ਦਰਖਤ ਦੇ ਜੀ ਗੁਰਦੁਆਰਾ ਗੁਰੂ ਕੀ ਬੀੜ ਗੁਰਦੁਆਰਾ ਜੰਡ ਸਾਹਿਬ ਉਸ ਜੰਡ ਦੇ ਦਰਖਤ ਦੇ ਦਰਸ਼ਨ ਕਰਦੇ ਹਾਂ ਜੀ। ਇਹ ਆ ਜੀ ਉਹ ਇਤਿਹਾਸਕ ਜੰਡ ਦਾ ਦਰਖਤ ਜੀ, ਜਿਹਦੇ ਥੱਲੇ ਪਾਤਸ਼ਾਹ ਜੀ ਕੁਛ ਦੇਰ ਆਰਾਮ ਕਰਨ ਬੈਠੇ ਸਨ ਜੀ। ਇਹ ਦਰਖਤ ਆ ਜੀ, ਉਹ ਸਾਹਮਣੇ ਦਸੇ ਪਾਤਸ਼ਾਹ ਜੀ ਦਸੇ ਪਾਤਸ਼ਾਹ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਜੀ। ਸਾਹਮਣੇ ਬਣਿਆ ਹੋਇਆ ਜੀ ਲੰਗਰ ਹਾਲ, ਜਿੱਥੋਂ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਲੰਗਰ ਹਾਲ ਦੇ ਨਾਲ ਨਾਲ ਨਾ ਆਹ ਸਾਹਮਣੇ ਪਾਠੀ ਸਿੰਘਾਂ ਦੀ ਰਿਹਾਇਸ਼ ਬਣੀ ਹੋਈ ਆ, ਜੇ ਕਿਸੇ ਯਾਤਰੂ ਨੇ ਵੀ ਰੁਕਣਾ ਹੋਵੇ ਤਾਂ ਕਮਰਾ ਮਿਲ ਜਾਂਦਾ ਆ ਜੀ, ਰੁਕ ਸਕਦੇ ਹੋ ਤੁਸੀਂ। ਤੁਸੀਂ ਦੇਖੋ ਕਿੰਨਾ ਸੋਹਣਾ ਬਾਗ ਬਣਾਇਆ ਹੋਇਆ ਆ, ਇਹ ਕਿੰਨਾ ਸੋਹਣਾ ਲੱਗਦਾ ਆ। ਹੁਣ ਆਪਾਂ ਦਰਸ਼ਨ ਕਰ ਲਏ ਜੀ ਗੁਰਦੁਆਰਾ ਜੰਡ ਸਾਹਿਬ ਦੇ, ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਇਮਲੀ ਸਾਹਿਬ ਕੀੜੀ ਅਫਗਾਨਾ ਵਿਖੇ ਜੀ। ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਜੰਡ ਸਾਹਿਬ ਤੋਂ ਨਾ ਪਾਤਸ਼ਾਹ ਦੇਖੋ ਤੁਸੀਂ ਜਿੱਧਰ ਨੂੰ ਅਸੀਂ ਹੁਣ ਜਾ ਰਹੇ ਹਾਂ, ਜਿਸ ਸਥਾਨ ਵੱਲੀ ਨੂੰ ਜਾ ਰਹੇ ਹਾਂ, ਜਾਣੀ ਹੁਣ ਤਾਂ ਦੇਖੋ ਪੱਕੇ ਰੋਡ ਬਣ ਗਏ ਨੇ, ਪੱਕੇ ਰਸਤੇ ਬਣ ਗਏ ਨੇ, ਸਿੱਧਮ ਸਿੱਧਾ ਜਿਹਾ ਰੋਡ ਹੋ ਗਿਆ ਨਾ। ਤੁਸੀਂ ਉਦੋਂ ਦੇਖੋ ਵੀ ਪਾਤਸ਼ਾਹ ਇੱਦਾਂ ਜੰਗਲ ਹੋਣਗੇ ਹੈ ਨਾ, ਝਾੜੀਆਂ ਹੋਣਗੀਆਂ,
ਕਿੱਦਾਂ ਕਿੱਦਾਂ ਪਾਤਸ਼ਾਹ ਕਿਰਪਾਨ ਦੇ ਨਾਲ ਸ਼੍ਰੀ ਸਾਹਿਬ ਦੇ ਨਾਲ ਮਹਾਰਾਜ ਦੇ ਕੋਲ ਸੀਗੀ ਹੈ ਨਾ, ਵੀ ਉਹਦੇ ਨਾਲ ਝਾੜੀਆਂ ਨੂੰ ਪਰੇ ਕਰਦੇ ਹੋਏ ਕਿੰਨਾ ਔਖਾ ਪਾਤਸ਼ਾਹ ਪਹੁੰਚੇ ਨੇ ਗੁਰਦੁਆਰਾ ਮਾਛੀਵਾੜੀ ਸਾਹਿਬ ਪਹੁੰਚੇ ਨੇ ਮਹਾਰਾਜ, ਹੈ ਨਾ। ਅਤੇ ਤੁਸੀਂ ਸੋਚ ਕੇ ਦੇਖਿਓ ਉਸ ਸਮੇਂ ਨੂੰ, ਅਸੀਂ ਹੁਣ ਦਿਨ ਦੇ ਵਿੱਚ ਹਾਂ, ਉਦੋਂ ਰਾਤ ਸੀ, ਕਿੰਨਾ ਹਨੇਰਾ ਸੀਗਾ। ਬਹੁਤ ਵੱਡੀ ਕੁਰਬਾਨੀ ਕੀਤੀ ਆ ਪਾਤਸ਼ਾਹ ਨੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਡੇ ਵਾਸਤੇ ਜੀ। ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਜ਼ਰੂਰ ਚੱਲਣਾ ਚਾਹੀਦਾ ਆ ਜੀ। ਇਹ ਆਪਾਂ ਚੱਲ ਰਹੇ ਹਾਂ ਜੀ ਉਸ ਅਸਥਾਨ ਵੱਲ ਨੂੰ ਜੀ। ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਇਮਲੀ ਸਾਹਿਬ ਜੀ। ਇਹ ਪਿੰਡ ਕੀੜੀ ਅਫਗਾਨਾਂ ਦੇ ਵਿੱਚ ਬਣਿਆ ਹੋਇਆ ਇਤਿਹਾਸਕ ਸਥਾਨ ਆ ਜੀ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੰਡ ਸਾਹਿਬ ਤੋਂ ਬਾਅਦ ਜੀ ਇਸ ਸਥਾਨ ਦੇ ਉੱਤੇ ਪਹੁੰਚੇ ਸਨ ਜੀ। ਇਸ ਸਥਾਨ ਦੇ ਉੱਤੇ ਨਾ ਇਮਲੀ ਦਾ ਦਰਖਤ ਸੀਗਾ, ਉਹ ਸੁੱਕ ਗਿਆ ਜੀ, ਹੁਣ ਤਾਂ ਉਹ ਹੈ ਨਹੀਂ ਗਾ। ਅਤੇ ਆ ਜਾਓ ਆਪਾਂ ਅੰਦਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ। ਇਹ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਲੰਗਰ ਹਾਲ ਜੀ। ਜਿਸ ਪ੍ਰਸ਼ਾਦ ਛੱਤੇ ਅੰਮ੍ਰਿਤ ਖਾਹੇ, ਤਿਸ ਠਾਕਰ ਕੋ ਰੱਖ ਮਨ ਮਾਹੇ। ਅਤੇ ਇਹ ਨਾ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਨਾਲ ਹੀ ਬਿਲਕੁਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੀੜੀ ਅਫਗਾਨਾ ਵੀ ਬਣਿਆ ਹੋਇਆ ਜੀ। ਇਹ ਸਕੂਲ ਦੀ ਬਿਲਡਿੰਗ ਆ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣੀ ਹੋਈ ਆ ਜੀ ਇਹ ਨਾਲ ਹੀ। ਇਹ ਬਾਬਾ ਜੀ ਉਰੇ ਨਾ ਗ੍ਰੰਥੀ ਸਿੰਘ ਨੇ ਉਰੇ ਜੀ ਲੱਗੇ ਹੋਏ, ਕਈ ਮਹੀਨਿਆਂ ਤੋਂ ਸੇਵਾ ਕਰ ਰਹੇ ਨੇ ਬਾਬਾ ਜੀ ਇਸ ਸਥਾਨ ਦੇ ਉੱਤੇ ਜੀ। ਬਾਬਾ ਜੀ ਉਰੇ ਨਾ ਇੱਕ ਕਹਿੰਦੇ ਇਮਲੀ ਦਾ ਦਰਖਤ ਹੁੰਦਾ ਸੀਗਾ ਜੀ, ਅਤੇ ਉਹ ਹੁਣ ਦੇਖਣ ਨੂੰ ਨਹੀਂ ਮਿਲ ਰਿਹਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਇਸ ਸਥਾਨ 'ਤੇ ਇੱਕ ਗੁਰੂ ਪਾਤਸ਼ਾਹ ਜੀ ਵੇਲੇ ਦਾ ਇਮਲੀ ਦਾ ਦਰਖਤ ਵੀ ਹੁੰਦਾ ਸੀ। ਕੁਝ ਸਮਾਂ ਪਾ ਕੇ ਜਿਸ ਟਾਈਮ ਇਹ ਬਿਲਡਿੰਗ ਬਣਵਾਈ ਗਈ, ਬਿਲਡਿੰਗ ਦੇ ਸਮੇਂ ਉਹ ਦਰਖਤ ਬਿਲਡਿੰਗ ਦੇ ਕੁਝ ਨੇੜੇ ਸੀ, ਕੁਦਰਤੀ ਕਾਰਨਾਂ ਕਰਕੇ ਸੁੱਕ ਜਾਣ ਤੋਂ ਉਪਰੰਤ ਉਹ ਦਰਖਤ ਸਮਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਨਵਾਂ ਦਰਖਤ ਇਮਲੀ ਦਾ ਜੋ ਇੱਧਰ ਲਗਾਇਆ ਗਿਆ ਹੈ, ਇਹ ਸੰਗਤਾਂ ਨੇ ਉਸ ਸਮੇਂ ਦਾ ਹੀ ਦਰਖਤ ਇਸ ਸਥਾਨ 'ਤੇ ਲਗਾਇਆ ਹੈ। ਚਮਕੌਰ ਸਾਹਿਬ ਦੇ ਪਾਰਟ 3 ਦੀ ਵੀਡੀਓ ਇੱਥੇ ਹੀ ਕਰਦੇ ਹਾਂ ਜੀ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਸਾਡੇ ਨਾਲ ਇਸ ਪੂਰੀ ਸੀਰੀਜ਼ ਦੇ ਵਿੱਚ ਬਣੇ ਰਹੋ, ਕੋਈ ਵੀ ਵੀਡੀਓ ਮਿਸ ਨਾ ਕਰਿਓ। ਹੁਣ ਆਪਾਂ ਚੱਲਦੇ ਹਾਂ ਜੀ ਇੱਕ ਨਵੇਂ ਸਥਾਨ ਦੀ ਤਰਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।